ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਬੇਅੰਤ ਸਿੰਘ ਕਤਲ ਮਾਮਲੇ ਦੇ ਵਿੱਚ ਜੇਲ੍ਹ ਵਿੱਚ ਬੁੜੈਲ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ ਪਹਿਲਾਂ ਹੀ 90 ਦਿਨ ਦੀ ਪਰੋਲ 'ਤੇ ਆ ਚੁੱਕੇ ਨੇ ਅਤੇ ਅੱਜ ਭਾਈ ਸ਼ਮਸ਼ੇਰ ਸਿੰਘ ਜੀ ਆ ਜਿਹੜੇ 90 ਦਿਨ ਦੀ ਪਰੋਲ 'ਤੇ ਬਾਹਰ ਆਏ ਨੇ ਅਤੇ ਇਸ ਵਕਤ ਉਹ ਗੁਰਦੁਆਰਾ ਅੰਬ ਸਾਹਿਬ ਵਿਖੇ ਨਤਮਸਤਕ ਹੋਏ ਨੇ। ਅਤੇ ਆਓ ਗੱਲ ਕਰਦੇ ਹਾਂ ਬਾਪੂ ਗੁਰਚਰਨ ਸਿੰਘ ਜੀ ਨਾਲ ਜੋ ਲਗਾਤਾਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਪੂ ਗੁਰਚਰਨ ਸਿੰਘ ਜੀ, ਲਗਾਤਾਰ ਜਿਹੜਾ ਕਿ ਤੁਸੀਂ ਪੈਰੋਲ ਦੇ ਉੱਪਰ ਆ ਰਹੇ ਹੋ, ਜਿਹੜੀ ਆ ਕਿ ਪਹਿਲਾਂ ਭਾਈ ਗੁਰਮੀਤ ਸਿੰਘ ਦੀ ਪਰੋਲ 'ਤੇ ਵੀ ਆਏ ਅਤੇ ਅੱਜ ਭਾਈ ਸ਼ਮਸ਼ੇਰ ਸਿੰਘ ਜੀ ਨੂੰ ਜਿਹੜਾ ਕਿ ਪੈਰੋਲ ਮਿਲੀ ਆ 90 ਦਿਨਾਂ ਦੀ, ਸੋ ਕਿਸ ਤਰ੍ਹਾਂ ਦਾ ਸਾਰਾ ਇਹ ਜਿਹੜਾ ਕਿ ਸਾਧਨ ਰਿਹਾ, ਕਿਸ ਤਰ੍ਹਾਂ ਤੁਸੀਂ ਜਿਹੜੀ ਕਿ ਕਾਰਵਾਈ ਕਰਵਾਈ? ਦੇਖੋ, ਅੱਜ ਭਾਈ ਸ਼ਮਸ਼ੇਰ ਸਿੰਘ ਜੀ ਜੋ ਬੇਅੰਤ ਕਾਂਡ ਵਿੱਚ ਨਾ 1995 ਤੋਂ ਜੇਲ੍ਹ ਦੇ ਅੰਦਰ ਬੰਦ ਹੈ ਨਾ, ਅੱਜ ਉਹਨਾਂ ਨੂੰ ਸੁਪਰੀਮ ਕੋਰਟ ਦੀ ਹਦਾਇਤਾਂ ਦੇ ਮੁਤਾਬਕ 90 ਦਿਨਾਂ ਦੀ ਪਰੋਲ ਮਿਲੀ ਹੈ। ਅੱਜ ਅਸੀਂ ਉਹਨਾਂ ਨੂੰ ਜੇਲ੍ਹ ਤੋਂ ਲੈ ਕੇ ਇਸ ਸਥਾਨ ਸ਼੍ਰੀ ਗੁਰੂ ਹਰਿਰਾਏ ਜੀ ਦੇ ਪਵਿੱਤਰ ਸਥਾਨ 'ਤੇ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਵਿਖੇ, ਜਿੱਥੇ ਸ਼ਹੀਦ ਭਾਈ ਗੁਰਬਖਸ਼ ਸਿੰਘ ਨੇ 2013 ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਾਇਆ ਸੀ, ਉਸ ਤੋਂ ਇਹਨਾਂ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਪਰੋਲ ਸ਼ੁਰੂ ਹੋਈ ਹੈ, ਜੋ ਸਾਲ ਵਿੱਚ ਤਕਰੀਬਨ 2 ਜਾਂ 3 ਵਾਰੀ ਇਹਨਾਂ ਨੂੰ ਪਰੋਲ ਮਿਲਦੀ ਹੈ, 28 ਦਿਨਾਂ ਦੀ ਅਤੇ 42 ਦਿਨਾਂ ਦੀ। ਅੱਜ ਇਹਨਾਂ ਨੂੰ ਕੋਵਿਡ-19 ਦੇ ਤਹਿਤ ਸੁਪਰੀਮ ਕੋਰਟ ਦੀ ਹਦਾਇਤਾਂ ਦੇ ਮੁਤਾਬਕ ਇਹਨਾਂ ਨੂੰ 90 ਦਿਨਾਂ ਦੀ ਪਰੋਲ ਮਿਲੀ ਹੈ। ਅੱਜ ਅਸੀਂ ਇਹਨਾਂ ਨੂੰ ਇੱਥੇ ਤੋਂ ਲੈ ਕੇ ਇਹਨਾਂ ਦੇ ਘਰ ਚੱਲੇ ਹਾਂ। ਸੋ ਅਸੀਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਿਆ, ਜਿਨ੍ਹਾਂ ਦੀ ਬਦੌਲਤ ਇਹਨਾਂ ਨੂੰ ਪਰੋਲ ਸ਼ੁਰੂ ਹੋਈ ਹੈ, ਇਸ ਕਰਕੇ ਅੱਜ ਅਸੀਂ ਨਮਸਕਾਰ ਕਰਕੇ ਇਹਨਾਂ ਨੂੰ ਲੈ ਕੇ ਇਹਨਾਂ ਦੇ ਘਰ ਚੱਲੇ ਹਾਂ। ਭਾਈ ਸ਼ਮਸ਼ੇਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਭਾਈ ਸ਼ਮਸ਼ੇਰ ਸਿੰਘ ਜੀ, ਤੁਸੀਂ 90 ਦਿਨਾਂ ਦੀ ਪਰੋਲ 'ਤੇ ਅੱਜ ਜਿਹੜਾ ਕਿ ਇਸ ਟਾਈਮ ਲੈ ਆਪਣਾ ਗੁਰਦੁਆਰਾ ਅੰਬ ਸਾਹਿਬ ਪਹੁੰਚੇ ਹੋ, ਤੁਸੀਂ ਲਗਾਤਾਰ 1995 ਤੋਂ ਬੁੜੈਲ ਜੇਲ੍ਹ 'ਚ ਨਜ਼ਰਬੰਦ ਹੋ ਅਤੇ ਤੁਸੀਂ 2013 ਤੋਂ ਜਿਹੜੇ ਆ ਕੇ ਤੁਸੀਂ ਪਰੋਲ 'ਤੇ ਆ ਰਹੇ ਹੋ, ਜਦੋਂ ਗੁਰਦੁਆਰਾ ਅੰਬ ਸਾਹਿਬ ਵਿਖੇ ਭਾਈ ਗੁਰਬਖਸ਼ ਸਿੰਘ ਦਾ ਮੋਰਚਾ ਲੱਗਿਆ ਸੀਗਾ, ਬੰਦੀ ਰਿਹਾਈ ਮੋਰਚਾ, ਅਤੇ ਭਾਈ ਸਾਹਿਬ ਜੀ ਅੱਜ ਤੁਸੀਂ ਪਰੋਲ 'ਤੇ ਆਏ ਹੋ, ਸ਼ਾਮ ਉਹ ਪੈ ਚੁੱਕੀ ਹੈ, ਅਤੇ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਲਗਾਤਾਰ ਜਦੋਂ ਹੁਣ ਤੁਹਾਨੂੰ ਪਰੋਲ ਮਿਲ ਰਹੀ ਹੈ? ਸਾਨੂੰ ਜਿਹੜੀ ਪਰੋਲ ਹੈ ਗੁਰਬਖਸ਼ ਸਿੰਘ ਦੇ ਸੰਘਰਸ਼ ਕਰਨ ਨਾਲ ਚਾਲੂ ਹੋਈ ਹੈ, ਅਸੀਂ ਹਰ ਸਾਲ ਦੋ ਤਿੰਨ ਪਰੋਲਾਂ 'ਤੇ ਆਉਂਦੇ ਰਹੇ ਹਾਂ, ਲੇਕਿਨ ਹੁਣ ਇਹ ਕੋਵਿਡ ਕਰੋਨਾ ਕਰਕੇ ਹੁਣ ਸਾਨੂੰ ਪਹਿਲਾਂ ਵੀ ਸਾਡੀ ਪਿਛਲੇ ਸਾਲ ਵੀ ਛੁੱਟੀ ਜਿਹੜੀ ਹੈ ਮੇਰੀ 8-9 ਮਹੀਨੇ ਲੱਗ ਗਏ, ਮੈਂ ਛੁੱਟੀ ਫਿਰ ਅੱਗੇ ਤੋਂ ਅੱਗੇ ਵੱਧ ਹੀ ਰਹੀ, ਹੁਣ ਐਸ ਕਿ ਹੁਣ 7 ਮਹੀਨੇ ਬਾਅਦ ਫਿਰ ਅਸੀਂ ਦੁਬਾਰਾ ਜਾ ਰਹੇ ਹਾਂ ਅਤੇ 90 ਦਿਨ ਦੀ ਸਾਨੂੰ ਹੁਣ ਵੀ ਪਰੋਲ ਮਿਲੀ ਹੈ। ਅਸੀਂ ਬਹੁਤ ਕੁਛ ਇੱਕ ਸਭ ਤੋਂ ਬੜਾ ਦਾ ਸ਼ੁਕਰਾਨਾ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਆ ਕੇ ਜਿਹੜਾ ਮੱਥਾ ਟੇਕ ਲੈਂਦੇ ਹਾਂ, ਦਰਸ਼ਨ ਕਰ ਲੈਂਦੇ ਹਾਂ, ਸਾਨੂੰ ਇਹ ਬਹੁਤ ਬੜੀ ਖੁਸ਼ੀ ਹੁੰਦੀ ਹੈ, ਬਾਕੀ ਪਰਿਵਾਰ ਵਿੱਚ ਆ ਕੇ ਖੁਸ਼ੀ ਵੀ ਹੋਣੀ ਹੈ। 2013 ਤੋਂ ਲਗਾਤਾਰ 2013 ਤੋਂ ਭਾਈ ਗੁਰਬਖਸ਼ ਸਿੰਘ ਨੇ ਜੋ ਕੁਰਬਾਨੀ ਕੀਤੀ ਹੈ ਜੀ, ਉਹਨੇ ਬਦੌਲਤ ਅੱਜ ਅਸੀਂ ਰੋਲਾਂ 'ਤੇ ਆ ਰਹੇ ਹਾਂ। ਅਤੇ ਇਸ ਟਾਈਮ ਜਦੋਂ ਤੁਸੀਂ ਬਾਹਰ ਆਏ ਹਾਂ, ਤੁਸੀਂ ਸਿੱਖ ਕੌਮ ਨੂੰ ਕੀ ਕਹਿਣਾ ਚਾਹੁੰਦੇ ਹੋ, ਕਿ ਕਿਸ ਤਰ੍ਹਾਂ ਦਾ ਜਿਹੜਾ ਕਿ ਉਹਨਾਂ ਤੁਹਾਨੂੰ ਉਹਨਾਂ ਦੇ ਨਾਲ ਹੁੰਗਾਰਾ ਮਿਲ ਰਿਹਾ? ਦੇਖੋ, ਸਿੱਖ ਕੌਮ ਦਾ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਸਾਰੀ ਸਿੱਖ ਕੌਮ ਇਕੱਠੀ ਹੋ ਜਾਵੇ, ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋ ਕੇ ਇੱਕ ਹੱਕ ਸੱਚ 'ਤੇ, ਆਪਣਾ ਜਿਹੜਾ ਹੈ ਸਾਡਾ ਧਰਮ ਹੈ ਸੱਚ 'ਤੇ ਚੱਲਣਾ ਚਾਹੀਦਾ ਹੈ, ਭਾਵੇਂ ਦੁਨੀਆਂ 'ਚ ਕੁਛ ਵੀ ਹੁੰਦਾ ਰਹੇ, ਸਾਨੂੰ ਆਪਣਾ ਸੱਚ ਜਿਹੜਾ ਹੈ ਗੁਰੂ ਮਹਾਰਾਜ 'ਤੇ ਹਜ਼ੂਰੀ 'ਚ ਰਹਿ ਕੇ ਸੱਚ 'ਤੇ ਚੱਲਣਾ ਚਾਹੀਦਾ। ਤੁਸੀਂ ਗੁਰਦੁਆਰਾ ਅੰਬ ਸਾਹਿਬ ਨਤਮਸਤਕ ਹੋਏ ਹੋ, ਤੁਹਾਨੂੰ ਉੱਥੇ ਸਿਰੋਂ ਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ, ਸੋ ਇਸ ਲਈ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? ਮੈਂ ਤਾਂ ਇਹਨਾਂ ਨੂੰ ਵੀ ਕਹਿੰਦਾ, ਇਹਨਾਂ ਨੇ ਜਿਹੜਾ ਸਰੋਪਾ ਦਿੱਤਾ ਬਹੁਤ ਇਹਨਾਂ ਦਾ ਧੰਨਵਾਦ ਹੈ ਜੋ ਸਾਡਾ ਸਤਿਕਾਰ ਕਰਿਆ, ਬਾਕੀ ਇਹਨਾਂ ਦਾ ਫਰਜ਼ ਵੀ ਮੰਨਦਾ ਹੈ। ਹੁਣ ਦੇਖੋ, ਅਸੀਂ ਵੀ ਕੌਮ ਵਾਸਤੇ ਜਿਹੜਾ ਹੈ ਇਹ ਜੋ ਕਾਰਜ ਕਰਿਆ ਹੈ 1995 ਦੇ ਵਿੱਚ ਉਸ ਮੁੱਖ ਮੰਤਰੀ ਨੂੰ ਮਾਰਿਆ, ਉਹ ਕਾਰਨ ਕਿਆ ਬਣਿਆ? ਕਿਉਂਕਿ ਜੋ ਸਾਡੇ ਸਿੱਖਾਂ ਕੋਲ ਬੜਾ ਧੱਕਾ ਹੋ ਰਿਹਾ ਸੀ, ਕਤਲੋਗਰਦ ਚੱਲ ਰਹੀ ਸੀ, ਨਿੱਤ ਮੁਕਾਬਲੇ ਬਣ ਰਹੇ ਸਨ, ਅਤੇ ਆਪ ਨੂੰ ਉਹ ਗੁਰੂ ਨਾਨਕ ਔਰ ਗੁਰੂ ਸਿੱਧ ਅਵਤਾਰ ਵੀ ਕਹਿੰਦਾ ਸੀ, ਅਤੇ ਸਾਨੂੰ ਇਹ ਕਰਨੀ ਪਈ ਸਿੱਖ ਕੌਮ ਵਾਸਤੇ, ਅਸੀਂ ਸਿੱਖ ਕੌਮ ਦੀ ਸੇਵਾ ਕਰ ਰਹੇ ਹਾਂ ਅਤੇ ਪੰਥ ਦੀ ਸੇਵਾ ਕਰ ਰਹੇ ਹਾਂ, ਸਾਡਾ ਕੋਈ ਪਰਸਨਲ ਮਾਮਲਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵਕਤ ਅਸੀਂ ਪੰਥਕ ਐਡਵੋਕੇਟ ਅਮਰ ਸਿੰਘ ਚੱਲ ਜੀ ਦੇ ਕੋਲ ਪਹੁੰਚੇ ਹਾਂ ਅਤੇ ਸਾਡੇ ਨਾਲ ਭਾਈ ਸ਼ਮਸ਼ੇਰ ਸਿੰਘ ਜੀ ਵੀ ਮੌਜੂਦ ਨੇ, ਜੋ ਕਿ ਇਸ ਟਾਈਮ ਪੈਰੋਲ 'ਤੇ 90 ਦਿਨਾਂ ਦੀ ਪੈਰੋਲ 'ਤੇ ਜਿਹੜਾ ਕਿ ਬੁੜੈਲ ਜੇਲ੍ਹ ਤੋਂ ਆਏ ਨੇ। ਅਤੇ ਚਹਿਲ ਸਾਹਿਬ, ਵੀ ਜਿਹੜਾ ਪ੍ਰਕਰਮ ਚੱਲਦਾ ਹੈ ਸਾਰਾ, ਕਿ ਜਿਹੜੇ ਪੰਥਕ ਜਾਂ ਆਪਾਂ ਕਹੀਏ ਜਿਹੜੇ ਸਿਆਸੀ ਸਾਡੇ ਸਿੱਖ ਕੈਦੀ ਨੇ, ਉਹਨਾਂ ਨੂੰ ਪੈਰੋਲ ਦੇਣ ਦੇ ਵਿੱਚ ਸਰਕਾਰਾਂ ਬਹੁਤ ਲਟਕਾਉਂਦੀਆਂ ਨੇ, ਪਰ ਜਿਹੜੇ ਕੋਈ ਦੂਜੇ ਤੀਜੇ ਹੁੰਦੇ ਨੇ, ਚਾਹੇ ਉਹ ਡੇਰਾ ਸਿਰਸਾ ਦਾ ਮੁਖੀ ਹੋਵੇ ਜਾਂ ਕੋਈ ਫਿਲਮੀ ਅਦਾਕਾਰ ਹੋਵੇ, ਅਤੇ ਉਹਨਾਂ ਨੂੰ ਫਟਾਫਟ ਪੈਰੋਲ ਦੇ ਦਿੰਦੇ ਨੇ। ਇਹ ਦੇਖੋ, ਇਹ
ਠੀਕ ਨਹੀਂ, ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ, ਕਿਉਂਕਿ ਇਹ ਜਿਹੜੇ ਬਾਹਰ ਆਉਂਦੇ ਨੇ ਇਹਨਾਂ ਦੀ ਪਹਿਲੇ ਹੀ ਤਸਦੀਕ ਹੋ ਚੁੱਕੇ ਨੇ, ਕਈ ਦਫ਼ਾ ਬਾਹਰ ਗਏ ਨੇ, ਕਈ ਦਫ਼ਾ ਫਿਰ ਵਾਪਸ ਆਏ ਨੇ ਪੈਰੋਲ ਤੋਂ। ਅਤੇ ਇਹਨਾਂ ਦਾ ਦੂਜਾ ਜਿਹੜਾ ਸਾਰਾ ਪ੍ਰੋਸੀਜਰ ਹੈ ਵੀ ਡੀ ਸੀ ਨੂੰ ਭੇਜਣੇ ਕਾਗਜ਼, ਫਿਰ ਉਹਨੇ ਮਨਜ਼ੂਰ ਕਰਕੇ ਭੇਜਣੇ, ਚਾਹੇ ਤਸਦੀਕ ਕਰ ਪਾਏ ਭੇਜਣੇ, ਸਾਰਾ ਜਿਹੜਾ ਪ੍ਰੋਸੀਜਰ ਬਹੁਤ ਗਲਤ ਹੈ। ਇਹਦੇ ਨਾਲ ਬਹੁਤ ਪਰੇਸ਼ਾਨੀ ਹੁੰਦੀ, ਜਿਨ੍ਹਾਂ ਨੂੰ ਛੱਡਣਾ ਹੋਵੇ ਉਹਨਾਂ ਦੇ ਪਰਿਵਾਰਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ। ਇਹ ਜਿਹੜਾ ਪ੍ਰੋਸੀਜਰ, ਇਹ ਪੁਰਾਣੇ ਰੂਲਸ ਹੈਗੇ ਨੇ, ਇਹਨਾਂ ਨੂੰ ਬੰਦ ਹੋਣਾ ਚਾਹੀਦਾ, ਇਹਨਾਂ ਦੀ ਨਵੀਂ ਜਿਹੜੀ ਤਰਮੀਮ ਕਰਕੇ ਨਵੇਂ ਹੋਣੇ ਚਾਹੀਦੇ, ਤਾਂ ਕਿ ਜੇਲ੍ਹ ਦੇ ਵਿੱਚ ਹੀ ਬੌਂਡ ਦੇ ਕੇ ਜਾਂ ਉੱਥੇ ਜ਼ਮਾਨਤ ਦੇ ਕੇ ਅਤੇ ਬੰਦਾ ਆਪਣੇ ਘਰ ਨੂੰ ਚੱਲੇ ਜਾਏ, ਇਸ ਤਰ੍ਹਾਂ ਹੋਣਾ ਚਾਹੀਦਾ। ਅਤੇ ਚੱਲ ਸਾਹਿਬ, ਜਿਹੜੀਆਂ ਹੁਣ ਵੀ ਪੈਰੋਲ ਹੋਈਆਂ ਨੇ, ਜਿਵੇਂ ਭਾਈ ਲਖਵਿੰਦਰ ਸਿੰਘ ਲੱਖਾ ਹੋ ਗਏ, ਭਾਈ ਗੁਰਮੀਤ ਸਿੰਘ ਹੋ ਗਏ, ਉਹਨਾਂ ਦੀ ਪਹਿਲੋਂ ਪੈਰੋਲ ਹੋ ਚੁੱਕੀ ਹੈ 90 ਦਿਨਾਂ ਦੀ, ਅਤੇ ਅੱਜ ਜਿਹੜੀ ਆ ਕਿ ਭਾਈ ਸ਼ਮਸ਼ੇਰ ਸਿੰਘ ਦੀ 90 ਦਿਨਾਂ ਦੀ ਪੈਰੋਲ ਹੋਈ ਆ, ਕੀ ਆਪਣੇ ਆਪ ਸਰਕਾਰਾਂ ਜਿਹੜੀਆਂ ਜੇਲ੍ਹ ਪ੍ਰਸ਼ਾਸਨ ਆ ਉਹ ਵੀ ਦੇਖਦਾ ਹੈ, ਜਾਂ ਫਿਰ ਇਹ ਸੁਪਰੀਮ ਕੋਰਟ ਜਾਂ ਕਿਸੇ ਹੋਰ ਅਦਾਲਤ ਦੇ ਆਦੇਸ਼ ਤੋਂ ਬਾਅਦ ਹੀ ਸਾਰਾ ਕੁਛ? ਨਹੀਂ, ਆਹ ਜਿਹੜੀਆਂ ਹੁਣ ਹੋ ਰਹੀਆਂ ਨਾ ਜੀ, ਇਹ ਤਾਂ ਸੁਪਰੀਮ ਕੋਰਟ ਨੇ ਆ ਕਰੋਨਾ ਕਰਕੇ, ਕਿਉਂਕਿ ਵੱਧਦਾ ਜਾ ਰਿਹਾ ਸੀ, ਤਾਂ ਉਹਨਾਂ ਨੇ ਕਿਹਾ ਸੀ ਵੀ ਜੇਲ੍ਹਾਂ ਜਿਹੜੀਆਂ ਨੇ ਉਹਨਾਂ 'ਚ ਘੱਟ ਕੈਦੀ ਰੱਖੋ ਤਾਂ ਕਿ ਕਰੋਨਾ ਨਾ ਹੋ ਜੇ। ਇਸ ਕਾਰਨ ਕਰਕੇ ਹੁਣ ਜਿਹੜੇ ਨਵੇਂ ਇਹਨਾਂ ਨੂੰ ਪੈਰੋਲ ਹੋ ਰਹੀ ਹੈ ਜੀ, ਸੁਪਰੀਮ ਕੋਰਟ ਦੇ ਆਰਡਰ ਕਰਕੇ। ਅਤੇ ਇਸ ਦੇ ਨਾਲ ਇੱਕ ਸਵਾਲ ਬੜਾ ਵੱਡਾ ਹੈ ਕਿ ਇਹ ਜਿਹੜਾ ਦਾ ਕਿਰਦਾਰ ਵੀ ਬਹੁਤ ਅੱਛਾ ਹੋ ਗਿਆ ਜੇਲ੍ਹਾਂ ਦੇ ਵਿੱਚ, ਜਿਹੜਾ ਕਿ ਜੇਲ੍ਹ ਪ੍ਰਸ਼ਾਸਨ ਵੀ ਮੰਨਦਾ ਕਿ ਉਹਨਾਂ ਦੇ ਕਿਰਦਾਰ ਬਹੁਤ ਵਧੀਆ ਨੇ, ਸੇਵਾਵਾਂ ਨਿਭਾਉਂਦੇ ਨੇ, ਪੂਰੇ ਆਪਣੇ ਜਿਹੜੇ ਆ ਕਿ ਅਨੁਸ਼ਾਸਨ ਦੇ ਵਿੱਚ ਰਹਿੰਦੇ ਨੇ, ਪਰ ਫਿਰ ਵੀ ਜਿਹੜਾ ਕਿ ਇਹਨਾਂ ਨੂੰ ਰਿਹਾਈ ਦਾ ਰਸਤਾ ਕਿਉਂ ਨਹੀਂ ਖੋਲ੍ਹਿਆ ਜਾਂਦਾ? ਦੇਖੋ, ਇਹ ਤਾਂ ਇਸ ਬਾਰੇ ਪੰਥ ਨੇ ਜਾਂ ਖਾਸ ਕਰਕੇ ਉਹ ਪੰਥਕ ਪਾਰਟੀ ਜਾਂ ਉਹ ਧਿਰਾਂ ਜਿਨ੍ਹਾਂ ਨੇ ਇਹਨਾਂ ਸਿੰਘਾਂ ਦੀ ਪੈਰਵੀ ਕੀਤੀ ਹੈ, ਉਹ ਤਾਂ ਕਈਆਂ ਸਾਲਾਂ ਤੋਂ ਰੌਲਾ ਪਾ ਰਹੇ ਨੇ ਵੀ ਤੁਸੀਂ ਇਸ ਤਰ੍ਹਾਂ ਜਿਹੜੇ ਹੈ ਸਾਡੇ ਆਗੂ ਜਾਂ ਸਾਡੇ ਪੰਥਕ ਸੱਜਣ ਸਨ, ਉਹਨਾਂ ਨੂੰ ਤੁਸੀਂ ਕਈ ਸਾਲਾਂ ਤੋਂ ਅੰਦਰ ਰੱਖਿਆ, ਗੈਰ ਕਾਨੂੰਨੀ ਹੈ, ਅਤੇ ਬਾਕੀ ਦੀਆਂ ਤੁਸੀਂ ਛੱਡੀ ਜਾਂਦੇ, ਇਹਨਾਂ ਨੂੰ ਕਿਉਂ ਨਹੀਂ ਛੱਡਦੇ? ਇਹ ਦਰਅਸਲ ਪੋਲਿਸੀ ਮੈਟਰ ਆ ਜੀ, ਸਰਕਾਰ ਦੇ ਹੱਕ ਉਹਦੇ ਹੱਕ ਹਕੂਕ ਨੇ ਵੀ ਜਿਹਨੂੰ ਛੱਡਣਾ ਛੱਡ ਦੇਣ, ਜਿਹਨੂੰ ਨਹੀਂ ਛੱਡਣਾ ਨਾ ਛੱਡਣ। ਇਹਦੇ 'ਚ ਤਬਦੀਲੀ ਜਿਹੜੀ ਹੈਗੀ ਆ, ਅਜੀਬ ਜਿਹੀ ਗੱਲ ਹੈ, ਇਹਨੂੰ ਅਜੇ ਤੱਕ ਤਾਂ ਪੰਥਕ ਮਾਮਲੇ 'ਚ ਕੋਈ ਵੀ ਜਿਹੜਾ ਹੈ ਉਹ ਇਹਨੂੰ ਸੋਲਵ ਨਹੀਂ ਕਰ ਸਕਿਆ, ਨਾ ਅਦਾਲਤਾਂ ਹੀ ਇਹਦੇ 'ਚ ਸਾਡਾ ਜਿਹੜਾ ਹੈ ਕੋਈ ਸਾਨੂੰ ਰਾਹ ਦਿੰਦੀਆਂ ਨੇ। ਇਸ ਕਰਕੇ ਅਜੇ ਕਈ ਖੁੱਕ ਅਜੇ ਸਮਾਂ ਜਿਹੜਾ ਹੈ ਕਦੋਂ ਆਉਂਦਾ ਜਦੋਂ ਇਹਨਾਂ ਦੀ ਰਿਹਾਈ ਪੱਕੀ ਹੋਣੀ ਚਾਹੀਦੀ। ਠੀਕ ਹੈ, ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।